ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਦੇ ਸੰਬੰਧ ਵਿੱਚ ਸਾਲ ਭਰ ਚੱਲਣ ਵਾਲੀ ਕੁੱਲ ਹਿੰਦ ਮੁਹਿੰਮ ਹਮਾਰਾ ਸੰਵਿਧਾਨ ਹਮਾਰਾ ਸਨਮਾਨ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਸੰਵਿਧਾਨ ਨੇ ਜਿੱਥੇ ਭਾਰਤ ਨੂੰ ਇੱਕ ਗਣਰਾਜ ਦੇ ਤੌਰ 'ਤੇ ਮਜ਼ਬੂਤੀ ਦੇਣ 'ਚ ਅਹਿਮ ਭੂਮਿਕਾ ਨਿਭਾਈ, ਉੱਥੇ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਵੀ ਜਾਗਰੂਕ ਕੀਤਾ ਤਾਂ ਜੋ ਸਮੁੱਚੇ ਦੇਸ਼ ਦਾ ਵਿਕਾਸ ਯਕੀਨੀ ਹੋ ਸਕੇ। ਕੰਸਟੀਟਿਊਸ਼ਨ ਆਫ ਇੰਡੀਆ ਇਜ਼ ਰਾਈਜ਼ ਟੂ ਦੈਟ ਪੋਜੀਸ਼ਨ ਵਾਸ ਨਾਟ ਈਜ਼ੀ, ਇਟ ਵਾਸ ਸੀਜ਼ੇਰੀਅਨ, ਵੈਰੀ ਡਿਫੀਕਲਟ, ਹੀ ਫੇਸਡ ਗ੍ਰੇਟ ਪ੍ਰੋਬਲਮਸ, ਹੀ ਟੁੱਕ ਦੈਮ ਇਨ ਸਟ੍ਰਾਈਡ। ਵੈਨ ਆਈ ਬਿਕੇਮ ਮੈਂਬਰ ਆਫ ਪਾਰਲੀਮੈਂਟ ਇਨ 1989 ਐਂਡ ਦੈਟ ਵਾਸ ਲੋਂਗ ਟਾਈਮ ਆਫ